ਨਵਦੀਪ ਜਲਬੇੜਾ ਇਸ ਵੇਲੇ ਸਾਡੇ ਨਾਲ ਮੌਜੂਦ ਨੇ, ਕੀ ਕੁਝ ਘਟਨਾਕ੍ਰਮ ਹੋਇਆ ਗੱਲਬਾਤ ਕਰਾਂਗੇ। ਨਵਦੀਪ ਜੀ, ਆਖਿਰਕਾਰ ਜੇਲ ਤੋਂ ਬਾਹਰ ਆ ਗਏ ਹੋ ਤਾਂ ਕੀ ਕੁਝ ਕਿਸ ਤਰ੍ਹਾਂ ਫੀਲ ਹੋਇਆ, ਕਿਸਾਨ ਆਗੂਆਂ ਨਾਲ ਮੁਲਾਕਾਤ ਹੋਈ ਹੈ? ਬਾਬਾ ਜੀ ਧੰਨਵਾਦ ਕਰਦੇ ਹਾਂ। ਦੇਖੋ ਸੰਗਤ ਦੀ ਦੇਣ ਆ, ਇਹਨਾਂ ਦਾ ਦੇਣਾ ਨਹੀਂ ਦੇ ਸਕਦੇ, ਸੰਗਤ ਕਰਕੇ ਬਾਹਰ ਆਏ ਆ। ਨਹੀਂ, ਡੇਢ ਦੋ ਸਾਲ ਵਾਸਤੇ ਵਧੀਆ ਪੈਕ ਕਰਤੇ ਸੀਗੇ, ਜਿਹਨੇ ਕੇਸ ਲਾਏ ਸੀ ਇਹਨਾਂ ਨੇ ਮੇਰੇ ਦੇ, 16 ਕੇਸ ਲੱਗੇ ਹੋਏ ਸੀਗੇ, ਪਰ ਸੰਗਤ ਕਰਕੇ, ਸੰਗਤ ਦੀ ਏਕਤਾ ਕਰਕੇ, ਲੜਦੇ ਲੋਕਾਂ ਦੀ ਜਿੱਤ ਕਰਕੇ ਤੇ 4 ਮਹੀਨੇ 'ਚ ਅਸੀਂ ਵਾਪਸ ਆ ਗਏ। 2 ਕੇਸਾਂ 'ਚ ਹੀ 2 ਹੀ ਕੇਸ ਲੱਗੇ ਹੋਏ ਨੇ, ਦੋਵਾਂ 'ਚ ਜ਼ਮਾਨਤਾਂ ਮਿਲ ਗਈਆਂ ਸੀਗੀਆਂ, ਤੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਐਵੇਂ ਹੀ ਲੜਦੇ ਰਹਾਂਗੇ, ਹੋਰ ਤਕੜੇ ਹੋ ਕੇ ਆਏ ਹਾਂ। ਕਿਸਾਨੀ ਦੀ ਲੜਾਈ ਜਦੋਂ ਤੱਕ MSP ਗਰੰਟੀ ਕਾਨੂੰਨ ਨਹੀਂ ਮਿਲਦਾ, ਜਦੋਂ ਤੱਕ ਆਪਣਾ ਕਰਜ਼ਾ ਮੁੱਕਦੇ ਨਹੀਂ ਹੁੰਦੀ, ਕਿਸਾਨਾਂ ਦੀ ਪਿੱਛੇ ਨਹੀਂ ਹਟਦੇ, ਜਿੰਦੇ ਚਲੀ ਜਾਊਗੀ ਉਦਣ ਪਿੱਛੇ ਹਟ ਜਾਏ। ਪਰ ਜੇ ਸਰਕਾਰ ਸੋਚੇ ਵੀ ਹਾਂ ਸਾਨੂੰ ਜੇਲ੍ਹਾਂ 'ਚ ਡੱਕ ਗਏ ਆ ਸਾਡੇ ਦੇ ਤਸੱਦਦ ਕਰਕੇ, ਵੀ ਹਾਂ ਸਾਡੇ ਹੌਸਲਿਆਂ 'ਚ ਕਮੀ ਪਾ ਦੂਗੀ, ਅਸੀਂ ਸੰਸੇਰੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਹਾਂ, ਪਿੱਛੇ ਹਟਣ ਵਾਲੇ ਨਹੀਂ ਹੈਗੇ, ਸ਼ਹੀਦੀਆਂ ਦੇ ਦਾਂਗੇ ਸਖਾੜੇ ਪਿੱਛੇ। ਪਰ ਇਹ ਨਾ ਸੋਚ ਲਿਓ ਵੀ ਹਾਂ ਨਵਦੀਪ ਹੁਣੀ ਘਰੇ ਬੈਠ ਜਾਣਗੇ, ਇਹ ਜਿੰਦ ਕਿਸਾਨੀ ਲੇਖੇ ਲਾਣੀ ਹੈ, ਸਿੱਖ ਕੌਮ ਦੇ ਅੱਖੇ ਲਾਣੀ। ਕਿਸਾਨ ਆਗੂ ਨੇ ਅੱਜ ਪ੍ਰੋਗਰਾਮ ਰੱਖਿਆ ਸੀਗਾ ਅੰਬਾਲਾ ਦੀ ਦਾਣਾ ਮੰਡੀ 'ਤੇ ਰੱਖਿਆ ਸੀ, ਪਰ ਉੱਥੇ ਨਹੀਂ ਪਹੁੰਚਿਆ ਗਿਆ, ਜਿਹੜੇ ਪਹੁੰਚੇ ਸੀ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਹਾਂ, ਉੱਥੇ ਬਹੁਤ ਫੋਰਸ ਲਾਈ ਹੋਈ ਹੈ ਅੱਜ, ਹੈਨਾ, ਐਵੇਂ ਇਹਨੇ ਪਹਿਲਾਂ ਵੀ ਅੰਬਾਲੇ ਨੂੰ ਦੱਬਿਆ ਹੋਇਆ ਸੀਗਾ ਫੋਰਸ ਦੇ ਦਮ ਤੇ, ਹੈਨਾ, ਸਰਕਾਰਾਂ ਨੇ, ਹੈਨਾ, ਕੋਈ ਦਿੱਕਤ ਨਹੀਂ ਹੈਗੀ। ਤੇ ਹੁਣ ਗੱਲ ਚੱਲ ਰਹੀ ਹੈ ਜਿਵੇਂ ਵੀ ਆਪਣੇ ਆਗੂ ਸਾਹਿਬਾਨ ਫੈਸਲਾ ਲੈਣਗੇ, ਉਹਨਾਂ ਦੇ ਫੁੱਲ ਚੜਾਵਾਂਗੇ, ਜੇ ਉਹ ਕਹਿਣਗੇ SP ਖਰਾਬ ਕਰਨਾ ਆ, SP ਖਰਾਬ ਕਰਾਂਗੇ, ਦਾਣਾ ਮੰਡੀ ਜਾਣਾ ਦਾਣਾ ਮੰਡੀ ਜਾਵਾਂਗੇ, ਤੇ ਜਿਵੇਂ ਸਾਡੇ ਆਗੂ ਕਹਿਣਗੇ ਉਵੇਂ ਕਰਾਂਗੇ। ਅੱਛਾ, ਪੰਦੇਰ ਸਾਹਿਬ ਹੋਰਾਂ ਦੇ ਨਾਲ ਬਾਕੀ ਕਿਸਾਨ ਆਗੂਆਂ ਨਾਲ ਗੱਲਬਾਤ ਹੋਈ, ਕੀ ਕੁਝ ਚਰਚਾ ਹੋਈ? ਹਾਂਜੀ, ਹੁਣੇ ਆਉਣ ਲੱਗੇ ਨੇ, ਮੇਰੀ ਗੱਲ ਮੈਂ ਵੀ ਹੁਣੇ ਆਇਆ, ਹੈ ਨਾ, ਹੁਣੇ ਗੱਲਬਾਤ ਕਰਾਂਗੇ ਸਾਰਿਆਂ ਨਾਲ, ਮਿਲੇ ਨੇ ਪ੍ਰਧਾਨ ਜੀ ਵੀ ਆ ਗਏ ਨੇ, ਤੇ ਮਿਲ ਕੇ ਗੱਲਬਾਤ ਕਰਦੇ ਹਾਂ। ਅੱਗੇ ਦੀ ਰੂਪਰੇਖਾ ਫਿਰ ਤੁਸੀਂ ਪ੍ਰਸ਼ਾਸਨ ਨਾਲ ਗੱਲਬਾਤ ਹੋਣ ਤੋਂ ਬਾਅਦ ਫਾਈਨਲ ਹੋਏਗੀ? ਹਾਂ, ਅੱਗੇ ਦੀ ਰੂਪਰੇਖਾ ਤੇ ਬਾਕੀ ਅੱਗੇ ਦੀ ਜਿਹੜੀ ਹੋਰ ਰੂਪਰੇਖਾ, ਦਿੱਲੀ ਕੂਚ ਦੀ, ਜਿਵੇਂ ਵੀ ਕਹਿਣਗੇ ਸਭ ਤੋਂ ਅੱਗੇ ਖੜੇ ਮਿਲਾਂਗੇ, ਪਿੱਛੇ ਹਟਦੇ ਨੇ, ਕੱਲ ਨੂੰ ਜਦੋਂ ਵੀ ਬੈਰੀਗੇਟ ਹਟਦੇ ਨੇ ਦਿੱਲੀ ਕੂਚ ਕਰਾਂਗੇ। ਅਸੀਂ ਤਾਂ ਕਹਿਣਾ ਚਾਹੁੰਦੇ ਹਾਂ ਵੀ ਦਿੱਲੀ ਕੂਚ ਕਰਨ ਨਾਲ ਵੀ ਮਸਲੇ ਹੱਲ ਨਹੀਂ ਹੋਣੇ, ਸਰਕਾਰ ਗੱਲਬਾਤ ਕਰੇ, ਸਾਡੇ ਬਣਦੇ ਹੱਕ ਨੇ MSP ਗਰੰਟੀ ਕਾਨੂੰਨ, ਗੱਲਬਾਤ ਨਾਲ ਇਹ ਮਸਲਾ ਹੱਲ ਕਰੇ। ਨਹੀਂ, ਜਿਵੇਂ ਵੀ ਸਾਡੇ ਆਗੂ ਕਹਿਣਗੇ ਸਾਰੀ ਨੌਜਵਾਨੀ ਲੜਦੇ ਲੋਕ ਨਾਲ ਨੇ ਤੇ ਲੜਾਈ ਜਿੱਤਣੀ। ਅੱਛਾ, ਕੀ ਐਸੇ ਹਾਲਾਤ ਤੁਹਾਨੂੰ ਕੀ ਲੱਗਦਾ ਸੀਗਾ ਕਿ ਕਿਸਾਨਾਂ ਨੂੰ ਤੁਹਾਡੀ ਰਿਹਾਈ ਦੇ ਲਈ ਸੰਘਰਸ਼ ਦਾ ਐਲਾਨ ਕਰਨਾ ਪਿਆ, ਬੇਸ਼ੱਕ ਤੁਹਾਡੀ ਰਾਤ ਰਿਹਾਈ ਹੋ ਗਈ, ਤਾਂ ਐਸੇ ਹਾਲਾਤ ਕਿਉਂ ਬਣ ਰਹੇ ਸੀ? ਦੇਖੋ, ਇਸ ਕਰਕੇ ਵੀ ਕਿਵੇਂ ਪ੍ਰਸ਼ਾਸਨ ਦੇ ਦਮ ਤੇ, ਹੈ ਨਾ, ਵੀ ਦਬਾਇਆ ਜਾ ਰਿਹਾ, ਹੈ ਨਾ, ਜਦੋਂ ਵੀ ਇਹਨਾਂ ਦਾ ਜੀ ਕਰਦਾ ਉਹਨੂੰ ਅਰੈਸਟ ਕਰ ਲੈਂਦੇ, ਪਿੰਡਾਂ ਚੋਂ ਕੱਢ ਗਏ, ਹੈ ਨਾ, ਕਦੇ ਧਮਕੀਆਂ ਦਿੰਦੇ, ਤੁਹਾਡੇ ਪਾਸਪੋਰਟ ਰੱਦ ਕਰ ਦੇਣਗੇ, ਤਾਂ ਉਸ ਤਾਕਤ ਵਾਸਤੇ ਦਿਖਾਉਣ ਵਾਸਤੇ ਵੀ ਸਾਰੇ ਲੋਕ ਅੰਬਾਲੇ ਦੀ ਸੰਗਤ ਦੇ ਨਾਲ ਨੇ, ਸਾਰਾ ਹਰਿਆਣਾ ਪੰਜਾਬ ਲੜਦੇ ਲੋਕ ਸਾਡੇ ਨਾਲ ਨੇ, ਤਾਂ ਕਰਕੇ ਅੱਜ ਇਹ ਧੰਨਵਾਦ, ਪਹਿਲਾਂ ਤਾਂ SP ਖਰਾਬ ਸੀਗਾ ਪਰ ਮੇਰੀ ਰਿਹਾਈ ਕਰਕੇ ਧੰਨਵਾਦ ਪ੍ਰੋਗਰਾਮ ਰੱਖਿਆ ਸੀਗਾ ਵੀ ਸੰਭੂ ਬਾਰਡਰ ਤੇ ਜਾਵਾਂਗੇ, ਪਰ ਉਹਨੇ ਤੇ ਵੀ ਉਹਨਾਂ ਨੇ ਡਿੱਕਾ ਪਾਇਆ ਤੇ ਹੁਣ ਜਿਹੜੇ ਵੀ ਫੈਸਲਾ ਕਿਸਾਨ ਆਗੂ ਲੈਣਗੇ ਉਹਨਾਂ ਦੇ ਫੁੱਲ ਚੜਾਵਾਂਗੇ। ਤਾਂ ਨਵਦੀਪ ਜਲਬੇੜਾ ਹੋਰਾਂ ਨਾਲ 2 ਮਿੰਟ ਹੁਣ ਵੱਖਰੇ ਤੌਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ। ਨਵਦੀਪ ਜੀ, ਕਿੰਨਾ ਟਾਈਮ ਜੇਲ੍ਹ ਦੇ ਵਿੱਚ, ਜੋ ਤੁਹਾਡੀ ਗ੍ਰਿਫਤਾਰੀ ਹੋਈ ਹੈ, ਕਿੰਨਾ ਟਾਈਮ ਪੂਰਾ ਹੁਣ ਜੇਲ੍ਹ ਦੇ ਵਿੱਚ ਲੱਗ ਗਿਆ ਤੁਹਾਡਾ? 111 ਦਿਨ ਲੱਗ ਗਏ ਨੇ ਜੇਲ੍ਹ ਦੇ ਅੰਦਰ, ਤੇ ਵਧੀਆ ਤਕੜੇ ਹੋ ਕੇ ਆਏ ਆ, ਸੰਘਰਸ਼ਾਂ ਦੇ ਰਾਹ ਨੇ, ਔਕੜਾਂ ਆਉਂਦੀਆਂ ਨੇ, ਹਨਾ, ਔਕੜਾਂ ਸਹਿ ਗਈ ਬੰਦਾ ਹੋਰ ਮਜ਼ਬੂਤ ਬਣਦਾ ਆ, ਤੇ ਵਾਹਿਗੁਰੂ ਹਮੇਸ਼ਾ ਅੰਗ ਸੰਗ ਸੀਗੇ, ਹਨਾ, ਹਮੇਸ਼ਾ ਹੁਕਮ ਚ ਰਹੇ ਆ ਵਾਹਿਗੁਰੂ ਦੇ, ਜਿਵੇਂ ਚਾਹੇ ਕੇਸ ਪਏ ਨੇ, ਹਨਾ, ਦੁਆਰੇ ਕੇਸ ਪਏ, ਹਨਾ, ਬਸ ਹੁਕਮ ਮੰਨ ਲਿਆ ਵੀ ਬਾਬਾ ਜੀ ਤੁਹਾਡਾ ਹੁਕਮ ਆ, ਜਿੰਨਾ ਚਿਰ ਤੁਸੀਂ ਰੱਖੋਗੇ ਉਨਾ ਚਿਰ ਰਾਂਗੇ। ਘਰਦੇ ਨੇ ਵੀ ਇਹੀ ਗੱਲ ਕਹਿੰਦੇ ਸੀ ਕਿ ਬਾਬਾ ਜੀ ਮਿਹਨਤ ਨਹੀਂ ਕਰਨੀ ਕਿਸੇ ਦੀ, ਬੇਨਤੀ ਜ਼ਰੂਰ ਕਰਦੇ ਹੋ, ਹਨਾ, ਸਾਰੇ ਕਿਸਾਨ ਆਗੂਆਂ ਵੀ ਮੁੰਡਾ ਅੰਦਰ ਆ, ਵੀ ਉਹਨੂੰ ਘੜਾਉਣ ਵਾਸਤੇ ਸੰਘਰਸ਼ ਵਿੱਢਿਆ ਜਾਵੇ, ਤੇ ਵੀ ਜੇ ਬੇਨਤੀ ਮਿਹਨਤ ਕਰਨੀ ਆ ਤਾਂ ਵਾਹਿਗੁਰੂ ਦੀ ਕਰਨੀ ਆ, ਉਹਦੇ ਅੱਗੇ ਜਾ ਕੇ ਅਰਦਾਸ ਕਰਨੀ ਆ, ਤੇ ਨਾਮਦਾਦ ਬਖਸ਼ੀ, ਹੈ ਨਾ, ਮਾਤਾ ਨੂੰ ਵੀ ਬਖਸ਼ੀ ਅਤੇ ਡੈਡੀ ਨੂੰ ਵੀ ਬਖਸ਼ੀ, ਹੈ ਨਾ, ਤੇ ਅਸੀਂ ਕਿਹਾ ਵੀ ਵਾਹਿਗੁਰੂ ਕਰੂਗਾ ਜੋ ਵੀ ਕਰੂਗਾ, ਤੇ ਵਾਹਿਗੁਰੂ ਦੇ ਵਿਚਾਰਾਂ ਦੇਖੋ ਸੰਗਤ ਦੇ ਰੂਪ ਜਾਣਾ। ਜਦੋਂ ਤੁਹਾਡੀ ਗ੍ਰਿਫਤਾਰੀ ਹੋਈ ਉਸ ਵੇਲੇ ਤਾਂ 111 ਦਿਨ ਤੁਸੀਂ ਕਹਿ ਰਹੇ ਹੋ